ਅਮਰਤਾ ਪ੍ਰੀਤਮ ਦਾ ਨੋਵਲ ਕਾਮਿਨੀ ਦਾ ਤੀਸਰਾ ਅੰਕ ਸ਼ਹਿਰ ਚ ਸਕੂਲਾਂ ਦੀ ਘਾਟ ਬੜੇ ਚਿਰ ਤੋਂ ਮਹਿਸੂਸ ਹੋ ਰਹੀ ਸੀ ਹਰ ਸਾਲ ਜਦੋਂ ਨਵੇਂ ਦਾਖਲੇ ਹੁੰਦੇ ਸਨ ਮਾਪਿਆਂ ਲਈ ਚਿੰਤਾ ਸ਼ੁਰੂ ਹੋ ਜਾਂਦੀ ਸੀ ਵਾਕਫੀਅਤ ਤੇ ਸਿਫਾਰਿਸ਼ਾਂ ਸਿਰਫ ਕੁਝ ਕੁ ਲੋਕਾਂ ਦੇ ਕੰਮ ਆਉਂਦੀਆਂ ਹਨ ਬਹੁਤ ਸਾਰੇ ਲੋਕ ਇਸ ਭੱਜ ਦੌੜ 'ਚ ਇਹਨੇ ਥੱਕ ਜਾਂਦੇ ਸਨ ਕਿ ਆਪਣੇ ਬੱਚੇ ਨੂੰ ਜੇ ਕਿਸੇ ਨੇ ਇੰਜੀਨੀਅਰ ਬਣਾਉਣਾ ਹੁੰਦਾ ਸੀ ਤਾਂ ਉਹ ਆਰਟ ਸਕੂਲ 'ਚ ਦਾਖਲ ਕਰਵਾਉਂਦਾ ਸੀ ਤੇ ਜੇ ਕਿਸੇ ਨੇ ਆਰਟ ਸਕੂਲ 'ਚ ਪਾਉਣਾ ਹੁੰਦਾ ਸੀ ਤਾਂ ਉਹ ਮਿਲਟਰੀ 'ਚ ਭਰਤੀ ਕਰਵਾਉਂਦਾ ਸੀ ਇੱਕ ਨਵੇਂ ਸਕੂਲ ਦੀ ਇਮਾਰਤ ਤਿਆਰ ਹੋਈ ਸੀ ਅੱਜ ਉਹਦੀ ਆਰੰਭਕ ਰਸਮ ਅਦਾ ਕੀਤੀ ਜਾਣੀ ਸੀ ਬਹੁਤ ਸਾਰੀਆਂ ਅਖਬਾਰਾਂ ਦੇ ਪੱਤਰ ਪ੍ਰੇਰਕ ਤੇ ਫੋਟੋਗ੍ਰਾਫਰ ਉੱਥੇ ਪਹੁੰਚੇ ਸਨ ਕਾਮਨੀ ਵੀ ਗਈ ਹੋਈ ਸੀ ਇਹ ਸਕੂਲ ਸ਼ਹਿਰ 'ਚ ਬਣੀ ਇੱਕ ਨਵੀਂ ਆਬਾਦੀ ਵਿੱਚ ਸੀ ਦੂਰ ਨੇੜੇ ਵਾਲੇ ਦੁਆਲੇ ਲੋਕਾਂ ਦੇ ਘਰ ਵੀ ਉੱਸਰ ਰਹੇ ਸਨ ਸਕੂਲ ਦੇ ਨਾਲ ਲੱਗਦੇ ਇੱਕ ਮਕਾਨ ਵਿੱਚ ਵੀ ਸ਼ਾਇਦ ਅੱਜ ਕੋਈ ਰਸਮ ਸੀ ਸਾਰੀ ਸੜਕ ਉੱਤੇ ਕਾਰਾਂ ਤੇ ਸਕੂਟਰ ਖਲੋਤੇ ਹੋਏ ਸਨ ਕਾਮਨੀ ਜ਼ਰਾ ਦੇਰ ਨਾਲ ਪਹੁੰਚੀ ਸੀ ਇਸ ਲਈ ਗੱਡੀ ਖੜੀ ਕਰਨ ਵਾਸਤੇ ਕਿਤੇ ਵੀ ਉਹਨੂੰ ਕੋਈ ਥਾਂ ਨਜ਼ਰ ਨਹੀਂ ਸੀ ਆ ਰਹੀ ਅਖੀਰ ਮਕਾਨ ਵਾਲਾ ਮੋੜ ਪਰਤ ਕੇ ਕਾਮਨੀ ਨੇ ਗੱਡੀ ਖੜੀ ਕਰਨ ਵਾਸਤੇ ਥਾਂ ਲੱਭੀ ਤੇ ਉੱਥੋਂ ਪੈਦਲ ਵਾਪਸ ਆ ਕੇ ਸਕੂਲ ਦੀ ਬਿਲਡਿੰਗ 'ਚ ਚਲੀ ਗਈ ਸਕੂਲ ਦੀ ਆਰੰਭਕ ਰਸਮ ਜਦੋਂ ਅਦਾ ਹੋ ਗਈ ਤੇ ਕਾਮਨੀ ਨਾਲ ਦੀ ਸੜਕ ਉੱਤੇ ਆਪਣੀ ਗੱਡੀ ਨੂੰ ਲੈਣ ਵਾਸਤੇ ਆਈ ਤਾਂ ਉਹਨੇ ਵੇਖਿਆ ਕਿ ਗੱਡੀ ਦੇ ਕੋਲ ਵਾਰ ਇੱਕ ਪੱਥਰ ਉੱਤੇ ਪੈਰ ਰੱਖ ਕੇ ਇੱਕ ਆਦਮੀ ਬੜਾ ਹੀ ਉਦਾਸ ਖਲੋਤਾ ਹੋਇਆ ਸੀ। ਪਤਾ ਨਹੀਂ ਕਿਉਂ ਕਾਮਨੀ ਕੋਲੋਂ ਰਿਹਾ ਨਾ ਗਿਆ। ਉਹਨੇ ਇੱਕ ਦੋ ਵਾਰੀ ਉਹਦੇ ਵੱਲ ਵੇਖਿਆ ਉਹਦਾ ਮੂੰਹ ਬੜਾ ਹੀ ਲੱਥਾ ਹੋਇਆ ਸੀ। ਕਾਮਨੀ ਨੇ ਪੁੱਛ ਲਿਆ ਕੀ ਗੱਲ ਏ ਸਰਦਾਰ ਜੀ? ਕੋਈ ਗੱਲ ਨਹੀਂ ਭੈਣ ਜੀ। ਕੋਈ ਗੱਲ ਨਹੀਂ। ਉਹਨੇ ਆਖ ਦਿੱਤਾ ਪਰ ਆਖਣ ਲੱਗਿਆ ਉਹਨੇ ਇੱਕ ਬੜਾ ਹੀ ਠੰਡਾ ਸਾਹ ਲਿਆ। ਤੇ ਫਿਰ ਉਸ ਨੁੱਕਰ ਵਾਲੇ ਮਕਾਨ ਵਾਲੇ ਇਸ ਤਰ੍ਹਾਂ ਧੱਕਣ ਲੱਗ ਪਿਆ ਜਿਵੇਂ ਵੇਖ ਰਿਹਾ ਹੋਵੇ ਕਿ ਉਹਦੇ ਠੰਡੇ ਸਾਹ ਨਾਲ ਉਸ ਮਕਾਨ ਦੀ ਕੋਈ ਇੱਟ ਆਪਣੀ ਥਾਂ ਤੋਂ ਹਿੱਲੀ ਸੀ ਜਾਂ ਨਹੀਂ ਕੋਈ ਗੱਲ ਤੇ ਜ਼ਰੂਰ ਏ ਕੀ ਗੱਲ ਏ ਦੇਖੋ ਨਾ ਭੈਣ ਜੀ ਇੱਕ ਜੱਟੀ ਦੀ ਮੱਝ ਮਰ ਗਈ ਉਹ ਰੋਵੇ ਮਰਾਸਣ ਨੂੰ ਪੁੱਛਣ ਲੱਗੀ ਚਧਰਾਣੀ ਕੀ ਗੱਲ ਏ ਜੱਟੀ ਕਹਿੰਦੀ ਮੱਝ ਮਰ ਗਈ ਏ ਮਰਾਸਣ ਆਖਣ ਲੱਗੀ ਨਹੀਂ ਛੱਡ ਚਧਰਾਣੀ ਇੱਥੇ ਕਲਗੀਆਂ ਵਾਲੇ ਤੁਰ ਗਏ ਤੂੰ ਕਾਲੀ ਚਮੜੀ ਨੂੰ ਰੋਂਨੀ ਹੈ ਮਰਾਸਣ ਦਾ ਕੁੱਕੜ ਮਰ ਗਿਆ ਸੀ ਸੋ ਗੱਲ ਇਹ ਹੈ ਭੈਣ ਜੀ ਲੋਕ ਤਾਂ ਆਪਣੀਆਂ ਕਲਗੀਆਂ ਵਾਲੇ ਨੂੰ ਰੋਂਦੇ ਨੇ ਸਾਡੀ ਮੱਝ ਨੂੰ ਕੌਣ ਰੋਂਦਾ ਹੈ ਇਹ ਤਾਂ ਠੀਕ ਹੈ ਸਰਦਾਰ ਜੀ ਪਰਾਏ ਦੁੱਖ ਨੂੰ ਕੋਈ ਨਹੀਂ ਰੋਂਦਾ ਅਸੀਂ ਤਾਂ ਓਖਲੀ 'ਚ ਸਿਰ ਦਿੱਤਾ ਹੁਣ ਸੱਟਾਂ ਗਿਣ ਕੇ ਕੀ ਕਰਾਂਗੇ ਚੰਦਰਿਆ ਨਾਲ ਵਾਹ ਪੈ ਗਿਆ ਆ ਘਰ ਵੇਖਦੇ ਪਏ ਹੋ ਨਾ ਇਹ ਇੱਕ ਥਾਣੇਦਾਰ ਦਾ ਘਰ ਹੈ ਮੈਂ ਇਹਦੇ ਘਰ 'ਚ ਬਿਜਲੀ ਦਾ ਕੰਮ ਕੀਤਾ ਸੀ ਕਲੋਂ ਤਾਂ ਆਦਰ ਭਾਣ ਨਾਲ ਬੋਲਿਆ ਮੈਂ ਕੰਮ ਦਾ ਠੇਕਾ ਲੈ ਲਿਆ ਕੰਮ ਦੇ ਮੁੱਕਣ ਤੱਕ ਜਿਵੇਂ ਥੋੜਾ ਥੋੜਾ ਕੁੱਤੇ ਨੂੰ ਟੁੱਕਰ ਪਾਈਦਾ ਹੈ ਪੈਸੇ ਵੀ ਦਿੰਦਾ ਰਿਹਾ ਤੇ ਮੈਂ ਜਦੋਂ ਬਹੁਤੇ ਪੈਸੇ ਮੰਗਦਾ ਤਾਂ ਆਖਦਾ ਸੀ ਮੈਂ ਮੇਂਗਣਾ ਨਹੀਂ ਖਾਂਦਾ ਮੈਂ ਹਾਥੀ ਦੀ ਲਿੱਦ ਖਾਣ ਵਾਲਾ ਬੰਦਾ ਮੈਂ ਕਿਸੇ ਛੋਟੇ ਆਦਮੀ ਦੇ ਪੈਸੇ ਨਹੀਂ ਰੱਖਣੇ ਅਸਾਂ ਧਰੂਕ ਸੀਟ ਕੇ ਕੰਮ ਸਿਰੇ ਚਾੜ ਦਿੰਦਾ ਕਿਛ ਉਹ ਹੀ ਲਾਰੇ ਅਜੇ ਤੱਕ ਪੈਸੇ ਨਹੀਂ ਦਿੱਤੇ ਜਿਨੇ ਜਿਨੇ ਪੱਥਰ ਦਾ ਕੰਮ ਕੀਤਾ ਸੀ ਉਹਨੂੰ ਕੁੱਟ ਕੇ ਕੱਢ ਦਿੱਤਾ ਜਿਨੇ ਲੱਕੜੀ ਦਾ ਕੰਮ ਕੀਤਾ ਸੀ ਉਹਨੂੰ ਇੱਕ ਸਾਹ ਵਿੱਚ ਇੱਕ ਦਰਜਨ ਗਾਲਾਂ ਕੱਢਦਾ ਸੀ ਉਹ ਵੀ ਦੌੜ ਗਿਆ ਮੈਨੂੰ ਇਹਨੇ ਬੜੀ ਵਾਰ ਆਖਿਆ ਕਿ ਸਰਦਾਰਾ ਦੌੜ ਜਾਇਤੋਂ ਸਾਡੇ ਚੱਟੇ ਹੋਏ ਤਾਂ ਰੁੱਖ ਵੀ ਹਰੇ ਨਹੀਂ ਹੁੰਦੇ ਅਸੀਂ ਤਾਂ ਬੰਦੇ ਨੂੰ ਸਬੂਤਾ ਹੀ ਨਿਘਾਰ ਲੈਣੇ ਆਂ ਡਕਾਰ ਅਸੀਂ ਕਦੀ ਨਹੀਂ ਲਿਆ ਮੈਂ ਵੀ ਤਾਂ ਖਾ ਕੇ ਇੱਕ ਦਿਨ ਆਖ ਦਿੱਤਾ ਕਿ ਪੁੱਤਰਾ ਅਸੀਂ ਤੇਰੇ ਪੇਟ 'ਚ ਹੋਏ ਤਾਂ ਰਾਤੀ ਬਰੜਾ ਬਰੜਾ ਕੇ ਉੱਠੇਗਾ ਆਹ ਵੇਖੋ ਪੈਸੇ ਦੇਣ ਦੀ ਤਾਂ ਅੱਜ ਮੈਨੂੰ ਨੋਟਿਸ ਭੇਜ ਦਿੱਤਾ ਕਿ ਮੈਂ ਉਹਦਾ ਕੰਮ ਕਰਕੇ ਮੁੜ ਕੇ ਕਦੀ ਕੰਮ ਦੀ ਸੁਰਤ ਨਹੀਂ ਲਈ ਇਸ ਲਈ ਉਹਨੂੰ ਮੈਂ ਹਰਜਾਨਾ ਦੇਵਾਂ ਮੇਰੇ ਸਾਰੇ ਕੰਮ ਦਾ ਬਿੱਲ 1500 ਰੁਪਏ ਸੀ ਤੇ ਉਹ ਬਿੱਲ ਤਾਰਨ ਦੀ ਥਾਂ ਮੇਰੇ ਕੋਲੋਂ 1800 ਰੁਪਏ ਹਰਜਾਨਾ ਮੰਗਦਾ ਸੋ ਭੈਣ ਜੀ ਇਹ ਸਾਡੇ ਅਮਨ ਦੇ ਰਾਖੇ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਅਸੀਂ ਕੀ ਨਹੀਂ ਸੀ ਕੀਤਾ ਨਿੱਕਿਆਂ ਹੁੰਦਿਆਂ ਕਿਤੇ ਸਿੰਗਾਪੁਰ ਤੁਰ ਗਏ ਸਾਂ ਉੱਥੇ ਜਦੋਂ ਸੁਭਾਸ਼ ਚੰਦਰ ਬੋਸ ਹੋਰਾਂ ਨੇ ਆ ਕੇ ਲੈਕਚਰ ਦਿੱਤਾ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਅਸੀਂ ਆਜ਼ਾਦ ਹਿੰਦ ਫੌਜ ਚ ਸ਼ਾਮਲ ਹੋ ਗਏ ਜਿਨੇ ਵੀ ਉਹ ਲੈਕਚਰ ਸੁਣਿਆ ਸੀ ਉਹ ਹੀ ਉਹ ਫੌਜ ਚ ਸ਼ਾਮਲ ਹੋ ਗਿਆ ਮੈਨੂੰ ਪੰਜਾਬੀ ਤਾਮਿਲ ਮਲਾਈ ਕਿੰਨੀਆਂ ਹੀ ਜ਼ਬਾਨਾਂ ਆਉਂਦੀਆਂ ਸਨ ਸੁਭਾਸ਼ ਚੰਦਰ ਹੋਰਾਂ ਨੇ ਮੈਨੂੰ ਆਪਣਾ ਇੰਟਰਪ੍ਰੈਟਰ ਰੱਖ ਲਿਆ ਫਿਰ ਭੈਣਜੀ ਉਹਨਾਂ ਨੇ ਮੈਨੂੰ ਟ੍ਰੇਨਿੰਗ ਵਾਸਤੇ ਜਾਪਾਨ ਭੇਜ ਦਿੱਤਾ ਮੁੜ ਕੇ ਆਇਆ ਤਾਂ ਅਫਸਰ ਲੱਗ ਗਿਆ ਇੱਕ ਪੁੱਤਰ ਜੱਟ ਦਾ ਇੱਕ ਉਮਰ ਛੋਟੀ ਇੱਕ ਅਫਸਰ ਲੱਗ ਗਿਆ ਬਸ ਰੱਬ ਨੂੰ ਚੇਲਾ ਬਾਲਕਾ ਹੀ ਸਮਝਦਾ ਸੀ ਉਹਦੇ ਉੱਤੇ ਵੀ ਹੁਕਮ ਚਲਾਉਂਦਾ ਸੀ ਵੀ ਅੱਜ ਸੀਪਰੇਟ ਕਰਨੀ ਐ ਜ਼ਮੀਨਾਂ ਪਾਈਂ ਤੌਸ ਨਾਲ ਰਹਿੰਦਾ ਸੀ ਪਹਿਲੋਂ ਰਾਣੀ ਛਾਂਸੀ ਰੈਜੀਮੈਂਟ ਸੀ ਫਿਰ ਹੋਰ ਤਰੱਕੀ ਹੋ ਗਈ ਸੀਕ੍ਰੀਟ ਸਰਵਿਸ 'ਚ ਆ ਗਿਆ ਇੱਕ ਦਿਨ ਸੁਭਾਸ਼ ਚੰਦਰ ਹੋਰਾਂ ਨੇ ਸਾਨੂੰ ਇਕੱਠਿਆਂ ਕਰਕੇ ਆਖਿਆ ਕਿ ਮੈਂ ਤਾਂ ਰੂਪੋਸ਼ ਹੋ ਜਾਣਾ ਮੇਰੇ ਪਿੱਛੇ ਤੁਸੀਂ ਆਪਣੇ ਆਪ ਨੂੰ ਨੇਤਾ ਸਮਝਣਾ ਤੇ ਦੇਸ਼ ਦੀ ਆਜ਼ਾਦੀ ਵਾਸਤੇ ਲੜਦੇ ਰਹਿਣਾ ਅਸੀਂ ਜਦੋਂ ਤੱਕ ਰਾਸ਼ਨ ਤੇ ਬਾਰੂਦ ਹੈ ਸੀ ਲੜਦੇ ਰਹੇ ਫਿਰ ਸਾਨੂੰ ਅੰਗਰੇਜ਼ਾਂ ਨੇ ਕੈਦੀ ਬਣਾ ਲਿਆ लाल किले इज कैद सा भेंजी रोज दा एक गिलास पानी मिलदा सी गरमीया दे दिन सन भावे ओ गिलास पानी पी लो ते भावे ओ दे नाल ना लो कैद तो निकले ता साडे ਗਲਾਂ ਚ ਰੁਪਈਆ ਦੇ ਹਾਰ ਪਾਏ ਗਏ ਸਾਡੇ ਜਲੂਸ ਕੱਢੇ ਗਏ ਸਾਨੂੰ ਆਖਿਆ ਗਿਆ ਕਿ ਆਜ਼ਾਦ ਹੋਏ ਦੇਸ਼ ਚ ਬਸ ਸਾਡਾ ਹੀ ਰਾਜ ਹੋਣਾ ਸੀ ਤੇ ਹੁਣ ਸਾਡਾ ਰਾਜੇ ਵੀ ਭेंजी ਕਿ ਸਾਡੀ ਫੌਜ ਦੇ ਕਰਨਲ ਪਿੰਡਾਂ ਵਿੱਚ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ ਅਸੀਂ ਵੀ ਮਾਂ ਦੇ ਲਾਡਲੇ ਪੁੱਤ ਪਿੰਡ ਚਲੇ ਗਏ ਮਾਂ ਕੋਲ ਪੱਲੇ ਬਸ ਜੈ ਹਿੰਦੀ ਰਹਿ ਗਈ ਸੀ ਜਦੋਂ ਮੁਕਾਉ ਵਿੱਚ ਸਾਡੀ ਫੌਜ ਹੁੰਦੀ ਸੀ ਤਾਂ ਅਸੀਂ ਪ੍ਰਭਾਤ ਫੇਰੀ ਲਾਉਂਦੇ ਹੁੰਦੇ ਸੀ ਅਖੇ ਮੁਕਾਉ ਦੀਆਂ ਸੰਗਤਾਂ ਨੇ ਇੰਡੀਆ ਆਜ਼ਾਦ ਕਰਾਉਣਾ ਹੈ ਇੰਡੀਆ ਤਾਂ ਆਜ਼ਾਦ ਹੋ ਗਿਆ ਪਰ ਅਸੀਂ ਤਾਂ ਸੰਗਤਾ ਸਾਨੂੰ ਹੁਣ ਕੌਣ ਪੁੱਛਦਾ ਸੀ ਮਾਂ ਕੋਲੋਂ 50 ਰੁਪਏ ਫੜੇ ਤੇ ਦਿੱਲੀ ਆ ਗਏ ਫੌਜ ਵਿੱਚ ਬਿਜਲੀ ਦਾ ਕੰਮ ਸਿੱਖਿਆ ਹੋਇਆ ਸੀ ਇਹੋ ਹੀ ਕੰਮ ਫੜ ਲਿਆ ਪਰੇਸ ਆਜ਼ਾਦ ਦੇਸ਼ ਚ ਪੂੰਜੀ ਵਾਲੇ ਮਕਾਨ ਤਾਂ ਬਣਾਉਂਦੇ ਨੇ ਅਮਰੀਕਨ ਨਮੂਨੇ ਦੇ ਘਰ ਕਾਰੀਗਰਾਂ ਨੂੰ ਪੈਸੇ ਦੇਣ ਲੱਗਿਆਂ ਲਾਲ ਝੰਡੀ ਵਿਖਾ ਦਿੰਦੇ ਨੇ ਸਾਨੂੰ ਇੱਥੇ ਕੌਣ ਜਾਣਦਾ ਹੈ ਮੇਲੇ ਚ ਕਿਹੜਾ ਪੁੱਛਦਾ ਰੂੜਾ ਕੇ ਦਾ ਫੁੱਫੜ ਓੰਜ ਤਾਂ ਭੈਣ ਦੀ ਤਾਲੀਮ ਦਾ ਇੱਥੇ ਕੋਈ ਘਾਟਾ ਨਹੀਂ ਅੱਖਾਂ ਮੀਟ ਕੇ ਇੱਟ ਸੁੱਟੋ ਤਾਂ ਗ੍ਰੈਜੂਏਟ ਦੇ ਸਿਰ ਚ ਪਾਉਗੀ ਇੰਨੇ ਗ੍ਰੈਜੂਏਟ ਫਿਰਦੇ ਨੇ ਮਾਂ ਗਿੱਦ ਪਹੁੰਚ ਕੇ ਆਖਦੀ ਹੈ ਜਾਂ ਪੁੱਤ ਯੂਪੀਐਸਆਈ ਦਾ ਯੂਪੀਐਸਆਈ ਦਾ ਇਮਦਰਨ ਦੇ ਪਰ ਸਾਰੇ ਪੜੇ ਲਿਖੇ ਹੜਿਆਂ ਮੰਗਨੇ ਮੈਨੂੰ ਤਾਂ ਸਹੇ ਦੀ ਨਹੀਂ ਪਏ ਦੀ ਪਏ ਦੀ ਹੈ ਭੈਣ ਜੀ ਸਾਡੇ ਦੇਸ਼ ਦਾ ਕੀ ਬਣੇਗਾ ਕਾਮਨੀ ਸੁਣਦੀ ਜਾ ਰਹੀ ਸੀ ਜਿਵੇਂ ਕਿਸੇ ਨੂੰ ਇੱਕ ਟੱਕ ਵੇਖੀਦਾ ਸਰਦਾਰ ਨੇ ਇੱਕ ਲੰਬਾ ਸਾਹ ਭਰਿਆ ਤੇ ਆਖਣ ਲੱਗਾ ਜੀਤਾ ਕਰਦਾ ਕੋਈ ਬਦਲਾ ਲੈ ਲਵਾ ਅਖੇ ਨੰਗਾ ਪੁੱਤ ਚੋਰਾ ਨਾਲ ਖੇਡੇ ਕੋਈ ਮੇਰਾ ਕੀ ਕਰੂਗਾ ਫਾਹੀ ਲਾ ਦਊਗਾ ਉਹ ਹੁਰਕੀ ਕਰੂਗਾ ਅੱਗੇ ਕਿਹੜਾ ਜਿਉਂਦੇ ਪਏ ਆ ਸਰਕਾਰ ਵਾਲੀ ਉੱਤੇ ਤਰਸ ਆਉਂਦਾ ਉਨੇ ਸਾਨੂੰ 40 ਕਰੋੜ ਵਿੱਚੋਂ ਪਸੰਦ ਕੀਤਾ ਤੇ ਸਾਡੇ ਲੜ ਲੱਗ ਗਈਏ ਉਸ ਵਿਚਾਰੀ ਦਾ ਪਿੱਛੋਂ ਕੀ ਬਣੂਗਾ ਹੋਰ ਸਾਡੇ ਹਾਕਮਾਂ ਦਾ ਤਾਂ ਭੰਜੀ ਇਹ ਹਾਲੇ ਆਖੇ ਗੁਰੂ ਅਰਜਣਾ ਹੁਣ ਅਸੀਂ ਜੋ ਕਰੀਏ ਸੋ ਕਰੀਏ ਤੂੰ ਨਹੀਂਓ ਵਰਜਣਾ ਤੇ ਇੱਕ ਥਾਣੇਦਾਰ ਦੀ ਗੱਲ ਨਹੀਂ ਆਖੋ ਤਾਂ ਮੰਤਰੀਆਂ ਦੇ ਨਾਂ ਵੀ ਗਿਣਵਾ ਦਿਆ ਪਰ ਗੱਲ ਇਹ ਵੇ ਕਿ ਸੌਹਰਿਆ ਤੇਰਾ ਨਾਂ ਤਾਂ ਜਾਣਦੇ ਆ ਪਰ ਇੱਕੋ ਹੀ ਮੁਸ਼ਕਲ ਹੈ ਕਿ ਲੈਣਾ ਨਹੀਂ ਪਰ ਗੱਲ ਇਹ ਵੇ ਪਹਿਨ ਜੀ ਕੇ ਇੱਕ ਸੀ ਨਾ ਬਾਣੀਆ ਉਹਦੀ ਕੁੜੀ ਦਾ ਇੱਕ ਜੱਟ ਨਾਲ ਪਿਆਰ ਹੋ ਗਿਆ ਜੱਟ ਬਾਣੀਏ ਦੀ ਹੱਟੀ ਲੱਡੂ ਲੈਣ ਵਾਸਤੇ ਗਿਆ ਤਾਂ ਉਹਨੂੰ ਪਤਾ ਸੀ ਬਾਣੀਆ ਹਮੇਸ਼ਾ ਘੱਟ ਤੋਲਦਾ ਸੀ ਆਖਣ ਲੱਗਾ ਲਾਲਾ ਲੱਡੂ ਘੱਟ ਨਾ ਤੋਲੀ ਤੇਰੀ ਉਹ ਕੁੜੀ ਨੇ ਖਾਣੇ ਨੇ ਤੇ ਅੱਜ ਸਾਨੂੰ ਜਿਹੜਾ ਨੁਕਸਾਨ ਹੋਊਗਾ ਉਹ ਦੇਸ਼ ਨੂੰ ਹੀ ਨੁਕਸਾਨ ਹੋਊਗਾ ਕਾਮਨੀ ਅਜੇ ਵੀ ਉਸੇ ਤਰ੍ਹਾਂ ਸੁਣਦੀ ਜਾ ਰਹੀ ਸੀ ਜਿਵੇਂ ਕਿਸੇ ਨੂੰ ਇੱਕ ਟੱਕ ਵੇਖੀਦਾ ਚੰਗਾ ਭੈਣ ਜੀ ਤੁਸੀਂ ਆਪਣੇ ਰਾਹ ਪਾਓ ਅਸੀਂ ਆਪਣੇ ਰਾਹ ਪੈਨੇ ਆ ਇਹਨਾਂ ਦੁੱਖਾਂ ਨੇ ਕਿਤੇ ਨਹੀਂ ਮੁੱਕਣਾ ਸਰਦਾਰ ਨੇ ਆਖਿਆ ਤੇ ਇੱਕ ਪਾਸੇ ਨੂੰ ਤੁਰ ਗਿਆ ਕਾਮਨੀ ਨੇ ਕੁਛਰ ਪੇਛੋ ਆਪਣੀ ਗੱਡੀ ਨੂੰ ਖੋਲਿਆ ਤੇ ਆਪਣੇ ਦਫਤਰ ਚਲੇ ਗਈ ਕਾਮਨੀ ਨੇ ਸਵੇਰ ਦੀ ਅਖਬਾਰ ਅਖਬਾਰ ਨਹੀਂ ਸੀ ਪੜੀ ਦਫਤਰ ਪਹੁੰਚ ਕੇ ਜਦੋਂ ਕਾਮਨੀ ਅਖਬਾਰ ਪੜਨ ਲੱਗੀ ਤਾਂ ਜਦੋਂ ਉਹਨੇ ਪਹਿਲੇ ਸਫੇ ਨੂੰ ਪੜ੍ਹ ਕੇ ਪਰਤ ਦਿੱਤਾ ਸਾਹਮਣੇ ਸਫੇ ਤੇ ਇੱਕ ਬੱਚੇ ਦੀ ਤਸਵੀਰ ਵੇਖੀ ਕਾਮਨੀ ਨੇ ਛੇਤੀ ਨਾਲ ਤਸਵੀਰ ਦੇ ਨਾਲ ਦਿੱਤੀ ਖਬਰ ਨੂੰ ਪੜਿਆ ਲਿਖਿਆ ਸੀ ਇਹ ਬੱਚਾ ਹਰੀਸ਼ ਚੰਦ ਉਮਰ ਸਾਢੇ 8 ਸਾਲ ਪਿਛਲੇ 13 ਦਿਨਾਂ ਤੋਂ ਲਾਪਤਾ ਘਰਾੜ ਦਿੱਤਾ ਗਿਆ ਸੀ ਪੁਲਿਸ ਇੰਨੇ ਦਿਨਾਂ ਦੀ ਕੋਈ ਖੋਜ ਨਹੀਂ ਸੀ ਕਰ ਸਕੇ ਪਰ ਕੱਲ ਸਵੇਰੇ 10:30 ਵਜੇ ਪੁਲਿਸ ਨੂੰ ਇਸ ਬੱਚੇ ਦੀ ਲਾਸ਼ ਮਿਲ ਗਈ ਹੈ ਇਹ ਲਾਸ਼ ਬੱਚੇ ਦੇ ਆਪਣੇ ਘਰ ਤੋਂ ਮਿਲੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਸ ਘਰ 'ਚ ਤਫ਼ਤੀਸ਼ ਕਰਨ ਵਾਸਤੇ ਉਹ ਜਿੰਨੀ ਵਾਰ ਵੀ ਗਈ ਉੱਥੇ ਇੱਕ ਕਮਰੇ 'ਚ ਹਰ ਵਕਤ ਪਾਠ ਹੋ ਰਿਹਾ ਹੁੰਦਾ ਸੀ ਪਹਿਲਾਂ 3-4 ਦਿਨ ਸੱਤ ਨਰਾਇਣ ਦੀ ਕਥਾ ਹੁੰਦੀ ਸੀ ਫਿਰ ਅਖੰਡ ਪਾਠ ਰੱਖਿਆ ਗਿਆ ਦੱਸਿਆ ਗਿਆ ਸੀ ਕਿ ਬੱਚੇ ਦੀ ਮਾਂ ਨੇ ਬੱਚੇ ਨੂੰ ਲੱਭਣ ਵਾਸਤੇ ਸੁਖਣਾ ਸੁਖੀ ਹੋਈ ਸੀ ਪਹਿਲੇ ਅਖੰਡ ਪਾਠ ਦਾ ਜੋ ਭੋਗ ਜਦੋਂ ਪੈ ਗਿਆ ਤਾਂ ਉਸੇ ਘੜੀ ਦੂਜਾ ਅਖੰਡ ਪਾਠ ਰੱਖ ਦਿੱਤਾ ਗਿਆ ਇਸ ਲਈ ਪੁਲਿਸ ਉਸ ਕਮਰੇ 'ਚ ਨਹੀਂ ਸੀ ਜਾ ਸਕਦੀ ਆਂਡ ਗਵਾਨ ਚੋ ਤਫਤੀਸ਼ ਕੀਤੀ ਗਈ ਪਤਾ ਲੱਗਾ ਬੱਚੇ ਦੀ ਮਾਂ ਮਤਰੀ ਹੈ ਉਦੇ ਆਪਣੇ ਦੋ ਬੱਚੇ ਐ ਪੁਲਿਸ ਨੂੰ ਸ਼ੱਕ ਪੈ ਗਿਆ ਪਰ ਉਹਨਾਂ ਚਿਰ ਕੁਝ ਨਹੀਂ ਸੀ ਕਰ ਸਕਦੇ ਜਦ ਤੱਕ ਪਾਠ ਦਾ ਭੋਗ ਨਹੀਂ ਸੀ ਪੈ ਜਾਂਦਾ ਦੂਸਰੇ ਪਾਠ ਦਾ ਜਦੋਂ ਭੋਗ ਪਿਆ ਤਾਂ ਉਸੇ ਘੜੀ ਤੀਜਾ ਖਣ ਪਾਠ ਰੱਖ ਦਿੱਤਾ ਗਿਆ ਪੁਲਿਸ ਬੜੇ ਸਬਰ ਨਾਲ ਉਡੀਕਦੀ ਰਹੀ ਅਖਰ ਉਸ ਪਾਠ ਦਾ ਵੀ ਭੋਗ ਪੈ ਗਿਆ ਤਾਂ ਪੁਲਿਸ ਨੇ ਵੇਖਿਆ ਕਿ ਉਹਨਾਂ ਨੇ ਉਸ ਕਮਰੇ ਦੀ ਤਲਾਸ਼ੀ ਲੈਣੀ ਸੀ ਫਰਸ਼ ਦੀ ਜਿਸ ਥਾਂ ਉੱਤੇ ਦਰੀ ਵਿਛਾ ਕੇ ਪਿਛਲੇ 12 ਦਿਨਾਂ ਤੋਂ ਕਥਾ ਤੇ ਪਾਠ ਰੱਖਿਆ ਹੋਇਆ ਸੀ ਪੁਲਿਸ ਨੇ ਇੱਟਾਂ ਤੇ ਉਸ ਫਰਸ਼ ਨੂੰ ਉਖਾੜਿਆ ਕਿਉਂਕਿ ਫਰਸ਼ ਦਾ ਰੰਗ ਉਸ ਥਾਂ ਉੱਤੇ ਬਾਕੀ ਫਰਸ਼ ਦੇ ਰੰਗ ਨਾਲੋਂ ਬਿਲਕੁਲ ਵੱਖਰਾ ਸੀ ਪੁਲਿਸ ਦਾ ਸ਼ੱਕ ਠੀਕ ਨਿਕਲਿਆ ਜ਼ਮੀਨ 'ਚ ਬੱਚੇ ਦੀ লাশ ਦਬਾ ਕੇ ਉਹਦੇ ਤੇ ਇੱਟਾਂ ਦਾ ਫਰਸ਼ ਮੁੜ ਕੇ ਬਣਾਤਾ ਗਿਆ ਸੀ ਤੇ ਉਸ ਫਰਸ਼ ਨੂੰ ਪੁਲਿਸ ਦੀ ਨਜ਼ਰ ਤੋਂ ਬਚਾਉਣ ਲਈ ਉੱਤੇ ਪਾਠ ਰੱਖ ਦਿੱਤਾ ਗਿਆ ਸੀ ਪੁਲਿਸ ਨੇ ਬੱਚੇ ਦੇ ਮਾਪੇ ਨੂੰ ਹਿਰਾਸਤ 'ਚ ਲੈ ਲਿਆ ਪੁਲਿਸ ਦਾ ਖਿਆਲ ਹੈ ਮਤਰੀ ਮਾਂ ਨੇ ਬੱਚੇ ਨੂੰ ਇਸ ਲਈ ਮਾਰਿਆ ਕਿ ਉਹਨੂੰ ਕਦੇ ਜਾਇਦਾਦ 'ਚੋਂ ਹਿੱਸਾ ਨਾ ਦੇਣਾ ਪਵੇ ਤੇ ਬੱਚੇ ਦੇ ਬਾਪ ਨੇ ਆਪਣੀ ਔਰਤ ਨੂੰ ਬਚਾਉਣ ਵਾਸਤੇ ਬੱਚੇ ਦੀ লাশ ਨੂੰ ਛੁਪਾਉਣ 'ਚ ਉਹਦੀ ਮਦਦ ਕੀਤੀ ਕਾਮਨੀ ਕੰਬ ਕੰਬ ਗਈ ਬੱਚੇ ਦੀ ਤਸਵੀਰ ਤੋਂ ਉਹਨੇ ਬੱਚੇ ਨੂੰ ਪਛਾਣ ਲਿਆ ਸੀ ਇਹ ਉਹੀ ਬੱਚਾ ਸੀ ਜਿਹਨੂੰ ਕਦੀ ਉਹਨੇ ਦਰਿਆ ਗੰਜ ਦੇ ਇੱਕ ਗਲੀ 'ਚ ਇੱਕਨੇ ਫਕੀਰ ਦੇ ਹੱਥੋਂ ਰੋਟੀ ਚੁੱਕ ਕੇ ਦੌੜਦਿਆਂ ਵੇਖਿਆ ਸੀ ਉਹਨਦੀ ਹਫਤੇ ਦੇ ਕਾਲਮ ਵਾਸਤੇ ਜਦੋਂ ਕਾਮਨੀ ਸ਼ਹਿਰ 'ਚ ਖੁੱਲੇ ਨਵੇਂ ਸਕੂਲ ਦੀ ਖਬਰ ਲਿਖਣ ਲੱਗੀ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਇਹ ਬੱਚਾ ਇਸ ਤਰੰਖ ਲੋ ਗਿਆ ਜਿਵੇਂ ਇਸ ਨਵੇਂ ਸਕੂਲ 'ਚ ਦਾਖਲ ਹੋਣ ਲਈ ਦਾਖਲਾ ਮੰਗਦਾ ਪਿਆ ਸੀ ਕਾਮਨੀ ਨੇ ਸਕੂਲ ਦੀ ਖਬਰ ਨੂੰ ਵੀ ਲਿਖਿਆ ਤੇ ਇਸ ਬੱਚੇ ਦੀ ਖਬਰ ਨੂੰ ਵੀ ਜਿਨੇ ਸ਼ਾਇਦ ਕਦੀ ਹੱਥ ਵਿੱਚ ਕਿਤਾਬਾਂ ਫੜ ਕੇ ਇਸ ਸਕੂਲ 'ਚ ਪੜਨ ਲਈ ਜਾਣਾ ਸੀ ਇਸ ਬੱਚੇ ਨਾਲ ਵਾਪਰੇ ਦੁਖਾਂਤ ਦੀ ਖਬਰ ਲਿਖਦੇ ਹਾਂ ਕਾਮਲੀ ਨੇ ਖਬਰ ਦੀਆਂ ਆਖਰੀ ਸਤਰਾਂ ਲਿਖ ਕੇ ਜਦੋਂ ਕਲਮ ਪਰਾਂ ਰੱਖੀ ਉਹਦਾ ਮਨ ਬੜਾ ਭਰਿਆ ਹੋਇਆ ਸੀ ਉਹਨੇ ਆਖਰੀ ਸਤਰਾਂ ਫੇਰ ਪੜੀਆਂ ਸਾਡੇ ਅਧਿਆਤਮਵਾਦੀ ਚਿਰਾਂ ਤੋਂ ਸਾਨੂੰ ਦੱਸ ਰਹੇ ਸਨ ਕਿ ਇਸ ਦੁਨੀਆ 'ਚ ਕੋਈ ਵੀ ਰਿਸ਼ਤਾ ਸੱਚਾ ਨਹੀਂ ਮਾਂ-ਬਾਪ ਦਾ ਭੈਣ-ਭਰਾ ਦਾ ਤੀਵੀਂ ਮਰਦ ਦਾ ਜੋ ਵੀ ਰਿਸ਼ਤਾ ਵਿਖਾਈ ਦਿੰਦਾ ਹਰ ਰਿਸ਼ਤਾ ਝੂਠਾ ਹੈ ਇੱਕ ਫੁਲਕ ਹੈ ਇਹ ਸਭ ਕੁਝ ਠੀਕ ਹੋਏਗਾ ਪਰ ਅਜ ਤੱਕ ਕਿਸੇ ਨੇ ਇਹਦੀ ਥਾਂਵੇਂ ਨਹੀਂ ਦੱਸਿਆ ਕਿ ਮਨੁੱਖ ਦਾ ਮਨੁੱਖ ਨਾਲ ਕੀ ਰਿਸ਼ਤਾ ਹੈ। ਜਪਦਾ ਇਹ ਦੁਨੀਆ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਮਲਜ਼ਮਾਂ ਵਿੱਚ ਤੇ ਮਜਲੂਮਾਂ ਵਿੱਚ। ਮਨੁੱਖ ਦਾ ਮਨੁੱਖ ਨਾਲ ਸਿਰਫ ਕਾਤਿਲ ਤੇ ਕਤਲ ਦਾ ਰਿਸ਼ਤਾ ਹੈ। ਇਹ ਅੰਦਰਲਾ ਤੇ ਅਸਲੀ ਰਿਸ਼ਤਾ ਇਸ ਗੱਲ ਦਾ ਲਿਹਾਜ਼ ਨਹੀਂ ਕਰਦਾ ਕਿ ਦੋਹਾਂ ਧਿਰਾਂ ਦਾ ਆਪਸ 'ਚ ਹੋਰ ਵੀ ਕੋਈ ਰਿਸ਼ਤਾ ਹੈ। ਸ਼ਾਇਦ ਇਸ ਲਈ ਕਿ ਹੋਰ ਹਰ ਦੁਨੀਆਵੀ ਰਿਸ਼ਤਾ ਝੂਠਾ ਹੁੰਦਾ ਹੈ। ਕਾਮਨੀ ਨੇ ਪਰਾਂ ਰੱਖੀ ਹੋਈ ਕਲਮ ਨੂੰ ਫੇਰ ਪਕੜਿਆ ਤੇ ਆਖਰੀ 17 ਦੇ ਨਾਲ ਹੋਰ 17ਾਂ ਜੋੜ ਦਿੱਤੀਆਂ ਇਹ ਗੱਲ ਵੱਖਰੀ ਹੈ ਕਿ ਕੁਝ ਕਤਲ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ 'ਚ ਲਹੂ ਵਗਦਾ ਦਿਸਦਾ ਹੈ ਪਰ ਕੁਝ ਕਤਲ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ 'ਚ ਲਹੂ ਨਹੀਂ ਵਗਦਾ ਸਿਰਫ ਅਥਰੂ ਵਗਦੇ ਹਨ ਇਹ ਦੂਜੀ ਤਰ੍ਹਾਂ ਦੇ ਕਤਲ ਆਏ ਦੇ ਨੋ ਲੋਕ ਕਰਦੇ ਹਨ ਜਿਹੜੇ ਆਪਣੀਆਂ ਉੱਚੇ ਚੀਆਂ ਪਦਵੀਆਂ ਦੇ ਜ਼ੋਰ ਨਾਲ ਜਿਹਦਾ ਜੀ ਕਰੇ ਹੱਕ ਖੋ ਲੈਂਦੇ ਹਨ ਕਾਮਨੀ ਨੇ ਆਖਰੀ ਸਤਰਾਂ ਉਸ ਸਰਦਾਰ ਨੂੰ ਚੇਤੇ ਕਰਕੇ ਲਿਖੀਆਂ ਜਿਹਨੂੰ ਹੁਣੇ ਸਵੇਰੇ ਮਿਲੀ ਸੀ ਇਸ ਤੋਂ ਬਾਅਦ ਉਹ ਕੁਝ ਨਹੀਂ ਸੀ ਲਿਖ ਸਕਦੀ ਕਿਉਂਕਿ ਉਸ ਸਰਦਾਰ ਕੋਲ ਉਸਦੀ ਇਮਾਨਦਾਰੀ ਤੋਂ ਸਵਾਏ ਹੋਰ ਕੋਈ ਸਬੂਤ ਨਹੀਂ ਸੀ ਕੋਈ ਇਮਾਨਦਾਰੀ ਇਹੋ ਜੀ ਹੁੰਦੀ ਹੈ ਜਿਹਦੇ ਹੱਥਾਂ ਉੱਤੇ ਦਸਾਂ ਪੈਸਿਆਂ ਦੀ ਰਸੀਦੀ ਟਿਕਟ ਨਾ ਲੱਗੀ ਹੋਈ ਹੋਵੇ ਤਾਂ ਇਮਾਨਦਾਰੀ ਕੋਈ ਸਬੂਤ ਨਹੀਂ ਹੁੰਦੀ ਤੇ ਕੋਈ ਇਮਾਨਦਾਰੀ ਇਹੋ ਜੀ ਵੀ ਹੁੰਦੀ ਹੈ ਜਿਹਦੇ ਹੱਥ ਉੱਤੇ ਭਾਵੇਂ ਕਿੰਨੀਆਂ ਹੀ ਰਸੀਦੀ ਟਿਕਟਾਂ ਲੱਗੀਆਂ ਹੋਈਆਂ ਹੋਣ ਉਦੀ ਕਿਦਰੀ ਵੀ ਸੁਣਵਾਈ ਨਹੀਂ ਹੁੰਦੀ ਧੰਨਵਾਦ